ਮਣੀ ਮਹੇਸ਼ ਯਾਤਰਾ ਤੇ ਗਏ 4 ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋਈ ਹੈ। 100 ਮੀਟਰ ਡੂੰਘੀ ਖਾਈ ਦੇ ਵਿੱਚ ਸੁਮੋ ਕਾਰ ਡਿੱਗ ਪਈ ਔਰ 4 ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋਈ ਹੈ। ਤਾਂ ਦੱਸ ਦਈਏ ਕਿ ਸਾਰਿਆਂ ਦਾ ਪਠਾਨਕੋਟ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਮਨ ਦੇ ਵਿੱਚ ਸ਼ਰਧਾ ਲੈ ਕੇ ਸ਼ਰਧਾਲੂ ਪਠਾਨਕੋਟ ਤੋਂ ਰਵਾਨਾ ਹੋਏ, ਪਰ ਰਸਤੇ ਦੇ ਵਿੱਚ ਦਰਦਨਾਕ ਭਾਣਾ ਵਾਪਰ ਗਿਆ। ਭਰਮੌਰ ਪਹੁੰਚਣ ਤੋਂ ਪਹਿਲਾਂ ਸ਼ਰਧਾਲੂ ਭਰਮਾਨੀ ਮਾਤਾ ਦੇ ਦਰਸ਼ਨ ਦੇ ਲਈ ਸੁਮੋ ਕਾਰ ਦੇ ਵਿੱਚ ਗਏ, ਪਰ ਸੁਮੋ ਕਾਰ ਕਰੀਬ 100 ਮੀਟਰ ਡੂੰਘੀ ਖਾਈ ਦੇ ਵਿੱਚ ਡਿੱਗ ਪਈ, ਜਿਸ ਵਜ੍ਹਾ ਦੇ ਕਰਕੇ ਪਠਾਨਕੋਟ ਦੇ 4 ਸ਼ਰਧਾਲੂਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਠਾਨਕੋਟ ਦੇ ਵਿੱਚ ਨਮ ਅੱਖਾਂ ਦੇ ਨਾਲ ਕੀਤਾ ਗਿਆ। ਤਾਂ ਮਣੀ ਮਹੇਸ਼ ਯਾਤਰਾ ਤੇ ਗਏ 4 ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋਈ ਹੈ। 100 ਮੀਟਰ ਡੂੰਘੀ ਖਾਈ ਦੇ ਵਿੱਚ ਸੁਮੋ ਕਾਰ ਡਿੱਗ ਪਈ, ਸਾਰਿਆਂ ਦਾ ਪਠਾਨਕੋਟ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਭਰਮੌਰ ਤੋਂ ਭਰਮਾਨੀ ਮਾਤਾ ਦੇ ਜਾ ਰਹੇ ਸੀ ਸ਼ਰਧਾਲੂ, ਤਾਂ ਰਸਤੇ ਦੇ ਵਿੱਚ ਦਰਦਨਾਕ ਭਾਣਾ ਵਾਪਰ ਗਿਆ। ਮਨ ਦੇ ਵਿੱਚ ਸ਼ਰਧਾ ਲੈ ਕੇ ਪਠਾਨਕੋਟ ਤੋਂ ਇਹ ਸ਼ਰਧਾਲੂ ਸੁਮੋ ਕਾਰ ਦੇ ਵਿੱਚ ਰਵਾਨਾ ਹੋਏ ਸੀ, ਪਰ ਡੂੰਘੀ ਖਾਈ ਦੇ ਵਿੱਚ ਕਾਰ ਡਿੱਗ ਪਈ ਔਰ ਇਹਨਾਂ 4 ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋਈ ਹੈ। ਅੱਜ ਇਹਨਾਂ ਦਾ ਪਠਾਨਕੋਟ ਦੇ ਵਿੱਚ ਸੰਸਕਾਰ ਕੀਤਾ ਗਿਆ। ਪਠਾਨਕੋਟ ਦੇ ਵਿੱਚ ਇੱਕ ਬਹੁਤ ਹੀ ਕਾਲਾ ਦਿਨ ਹੈ ਕਿ ਸਾਡੇ ਪਠਾਨਕੋਟ ਦੇ 4 ਬੰਦੇ, ਲਾਡੀ ਜੀ, ਦੀਕਸ਼ਾ ਜੀ ਅਤੇ ਨੇਹਾ ਜੀ ਬੇਟੀ ਜਿਹੜੀ ਅਨਮੈਰਿਡ, ਅਤੇ ਭੰਡਾਰੀ ਜੀ, ਇਹਨਾਂ ਦੀ ਡੈਥ ਮਨੀ ਮਹੇਸ਼ ਦੀ ਯਾਤਰਾ ਕਰਨ ਗਏ ਦੇ ਵਿੱਚ ਹੋਈ ਹੈ। ਅੱਜ ਬਹੁਤ ਹੀ ਸ਼ਹਿਰ ਦੇ ਵਿੱਚ ਸ਼ੋਕ ਦੀ ਲਹਿਰ ਹੈ ਕਿ ਨੌਜਵਾਨ ਬੱਚੇ ਸਾਡੇ, ਜਿਨ੍ਹਾਂ ਨੇ ਹਾਲੇ ਜੀਵਨ ਜੀਣਾ ਸੀ, ਉਹ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਇਸ ਸਾਹ ਨੂੰ ਛੱਡ ਕੇ ਚਲੇ ਗਏ ਹੈ। ਇਸ ਤੋਂ ਵੱਡਾ ਦੁੱਖ ਹੋਰ ਸ਼ਹਿਰ ਦੇ ਵਿੱਚ ਕੀ ਹੋ ਸਕਦਾ। ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਉਹਨਾਂ ਸਾਰੇ ਆਪਣੇ ਬੱਚਿਆਂ ਨੂੰ ਸ਼ਰਧਾਂਜਲੀ ਦਿੰਦਾ ਵੀ ਚਲੋ ਉਹਨਾਂ ਦੀ ਵਿਛੜੀ ਹੋ ਨੂੰ ਪ੍ਰਭੂ ਆਪਣੇ ਚਰਨਾਂ 'ਚ ਨਿਵਾਸ ਦੇਣ, ਕਿਉਂਕਿ ਉਹ ਯਾਤਰਾ ਦੇ ਉੱਤੇ ਬਹੁਤ ਇੱਕ ਪਵਿੱਤਰ ਯਾਤਰਾ ਦੇ ਉੱਤੇ ਗਏ ਸੀ, ਉੱਥੇ ਹੀ ਉਹਨਾਂ ਦਾ ਅੰਤ ਹੋਇਆ। ਮੈਂ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਨਾ ਕਿ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ। ਜੈ ਸ਼੍ਰੀ ਰਾਮ।